फतेहगढ़ साहब के पिंड गड़ोलिया के गुरु घर माता गुजर कौर जी बाबा जोरावर सिंह जी बाबा फतेह सिंह जी उन्हां दी याद दे विच बहुत लंबे समय तो इलाका वासियां वल्लों जिथे साहिबजादियां दे शहीदी समय के मौके दे उत्ते पोहदे दरमियान जिथे खंड पाठ साहब करवाए जाते हैं लंगर लाए जाते हैं हर समय पिछले समय तो इत्थे बाबा सिकंदर सिंह जी माणकपुर शरीफ वाले उन्हां वल्लों सेवा संभाली गई है। हर साल जिथे शहीदी सभा के जोड़ मेले भी इत्थे करवाए जाते हैं साहिबजादियां दी याद दे विच लोड़वंद लड़कियां दे ब्याह कीते जाते हैं अते होर जरूरतमंदां दे सेवा की जाती है तो धर्म प्रचार इलाके दे विच कीता जांदा गुरमत दे नाल जोड़न दे लई। सो आओ इस समय जो उन्हां वल्लों इस साल का समागम किया जा रहा है आपां विचार सांझे करदे हां। बाबा जी वाहिगुरू जी का खालसा वाहिगुरू जी की फतेह जी फतेह जी भाई इस स्थान पर जो कार्य किए जाते हैं सेवा के किन्ने समय तो तुसीं शुरू किए ने किहड़े किहड़े धर्म के कार्ज ने जो हर साल तुसीं जिवें समागम करते हो धर्म प्रचार करते हो किस तरह दी सभावां ने जी? वाहिगुरू जी का खालसा वाहिगुरू जी की फतेह। सब तो पहला तो मैं आप जी दे खालसा टीवी चैनल का धन्यवाद करदा जिहड़े दुनिया तक सारिया आवाज़ा संसार दियाँ लोड़वंदा दियाँ पहुँचाने बहुत वधिया कार्य तुहाडे चैनल हो रहा है। हाँ जी आप जी ने सवाल किया है इस स्थान के उत्ते इलाका तकरीबन सारा आले दुआले बहुते पिंड जुड़े हुए ने धन बाबा जोरावर सिंह धन बाबा फतेह सिंह जी माता गुजर कौर के यादगार अस्थान ये बनया है। इत्थे पहला इलाके दे अते नगर निवासी गड़ोलियां दे पतवंते जोड़ मेले शहीदी ते लंगर लगाउंदे सी तकरीबन पिछले 6-7 सालों तो धूरकोट वाले महापुरखों की प्रेरणा सदका सानू इस स्थान की सेवा संभाल मिली है ते असी उसे दिन तो ही सतगुरु महाराज की कृपा दे नाल इस कार्यां दे विच थोड़ा जिहा गुरु की बख्शिश ते संगतां दे सहयोग दे नाल वाधा कीता है। जिथे इलाके वल्लों बाबा जोरावर सिंह बाबा फतेह सिंह जी का शहीदी दिहाड़ा मनाया जाता सी
ਉੱਥੇ ਸਾਡੇ ਵੱਲੋਂ ਅਤੇ ਸਾਡੇ ਸਹਿਯੋਗੀਆਂ ਵੱਲੋਂ ਰਲ ਮਿਲ ਕੇ ਜਨਮ ਦਿਹਾੜਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਮਨਾਇਆ ਜਾਂਦਾ ਜੋ ਕਿ ਇਹਨਾਂ ਦਿਨਾਂ ਦੇ ਵਿੱਚ ਆਉਂਦਾ ਹੈ। ਸੋ ਜੋੜ ਮੇਲੇ ਜਨਮ ਦਿਹਾੜੇ 'ਤੇ ਸੰਗਤਾਂ ਜੁੜਦੀਆਂ ਨੇ, ਗੁਣੀ ਗਿਆਨੀ ਪ੍ਰਚਾਰਕ ਉਹ ਵੀ ਇੱਥੇ ਆ ਕਰਕੇ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸਤਿਪੁਰਸ਼ ਵੀ ਆਉਂਦੇ ਨੇ। ਅਤੇ ਇਹਨਾਂ ਕਾਰਜਾਂ ਦੇ ਵਿੱਚ ਲੋੜਵੰਦਾਂ ਦੀ ਸਹਾਇਤਾ ਦੇ ਲਈ ਵੀ ਅਸੀਂ ਉਪਰਾਲਾ ਕੀਤਾ ਹੈ। ਹਰ ਸਾਲ ਇਸ ਦਿਹਾੜੇ ਦੇ ਖੁਸ਼ੀ ਦੇ ਵਿੱਚ ਲੋੜਵੰਦ ਬੱਚੀਆਂ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਵੀ ਕੀਤੇ ਜਾਂਦੇ ਨੇ। ਪਿਛਲੇ ਸਾਲ ਵੀ ਅਤੇ ਐਤਕੀ ਵੀ ਪਿਛਲੇ 4 ਸਾਲਾਂ ਤੋਂ ਇਹ ਲਗਾਤਾਰ ਕਾਰਜ ਚੱਲਦੇ ਆ ਰਹੇ ਨੇ। ਸਾਲ ਬਾਅਦ ਇਹ ਕਾਰਜ ਕੀਤੇ ਜਾਂਦੇ ਨੇ। ਐਤਕੀ 6 ਬੱਚੀਆਂ ਦੇ ਆਨੰਦ ਕਾਰਜ ਹੋਣੇ ਨੇ। ਲੋੜੀਂਦਾ ਸਮਾਨ ਵੀ ਦਿੱਤਾ ਜਾਣਾ ਹੈ। ਬਰਾਤਾਂ ਦੀ ਆਓ ਭਗਤ ਜਿਤਨਾ ਜਿੰਨਾ ਵੀ ਹੋ ਸਕਦਾ ਹੈ ਕਰੀ ਦੀ ਹੈ, ਮਹਾਰਾਜ ਜਿੰਨੀ ਕਰਾਉਂਦੇ ਨੇ। ਅਤੇ ਇਸ ਕਾਰਜ ਮਹਾਰਾਜ ਕਰਾ ਰਹੇ ਨੇ। ਸੋ ਇਹ ਇਲਾਕੇ ਦੀ ਉਪਰਾਲਾ ਕੀਤਾ ਜਾਂਦਾ ਹੈ। ਦੂਸਰਾ, ਹਫ਼ਤਾਵਾਰੀ ਲੰਗਰ ਤਿਆਰ ਹੋ ਕੇ 32 ਸੈਕਟਰ ਜਿਵੇਂ ਹਸਪਤਾਲ 'ਚ ਪਹੁੰਚਾਇਆ ਜਾਂਦਾ ਹਰ ਸ਼ਨੀਵਾਰ, ਇਹ ਵੀ ਪਿਛਲੇ 4 ਸਾਲਾਂ ਤੋਂ ਲਗਾਤਾਰ ਸੇਵਾ ਚੱਲ ਰਹੀ ਹੈ। ਅਤੇ ਮਹੀਨੇ ਬਾਅਦ 10ਵੀਂ ਦੇ ਦਿਹਾੜੇ 'ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਕੇ ਭੋਗ ਪਾਉਂਦੇ ਨੇ ਪਵਾਏ ਜਾਂਦੇ ਨੇ, ਦੀਵਾਨ ਸਜਦੇ ਨੇ, ਸੰਗਤਾਂ ਜੁੜਦੀਆਂ ਨੇ। ਸੋ ਇਹ ਕਾਰਜ ਇਸ ਤਰ੍ਹਾਂ ਦੇ ਮਹਾਰਾਜ ਕਰਾ ਰਹੇ ਨੇ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ। ਹਾਂ, ਇਹ ਜ਼ਰੂਰ ਹੈ ਜਦੋਂ ਇਸੇ ਕਾਰਜ ਕਰਦੇ ਹੈ ਅਤੇ ਫਿਰ ਸਕੂਨ ਮਿਲਦਾ ਹੈ, ਉਤਸ਼ਾਹ ਮਿਲਦਾ ਹੈ ਵੀ ਹੋਰ ਮਹਾਰਾਜ ਕਿਰਪਾ ਕਰਨ, ਬਲ ਬਖਸ਼ਿਸ਼ ਕਰਨ, ਕਿਸੇ ਦੀਆਂ ਅਸੀਸਾਂ ਮਿਲ ਜਾਣ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਵੈਸਣ ਪਾਈ ਹੈ, ਜਾਂ ਐਸੇ ਸਤਿਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਆਪਾਂ ਨੂੰ ਮਿਲਦੇ ਨੇ ਵੀ ਤੌਲ ਧਰਮ ਦਇਆ ਕਾ ਪੂਤ, ਜੇ ਧਰਮ ਕਮਾਉਣਾ ਹੈ ਤਾਂ ਦਇਆ ਜ਼ਰੂਰੀ ਹੈ, ਦਇਆ ਤੋਂ ਬਿਨਾਂ ਧਰਮੀ ਵੀ ਨਹੀਂ ਬਣਿਆ ਜਾ ਸਕਦਾ। ਇਸ ਕਰਕੇ ਜਦੋਂ ਇਸ ਦਇਆ ਦੇ ਕੋਈ ਐਸੇ ਕਾਰਜ ਕਰਦੇ ਹੈ ਫਿਰ ਸਕੂਨ ਮਿਲਦਾ, ਫਿਰ ਆਤਮਾ ਨੂੰ ਵੀ ਸ਼ਾਂਤੀ ਮਿਲਦੀ ਹੈ। ਅਤੇ ਬਾਕੀ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹਨਾਂ ਸਰੀਰਾਂ ਤੋਂ ਜਿੱਥੇ ਡਿਊਟੀ ਲੈਣੀ ਹੁੰਦੀ, ਸੇਵਾ ਲੈਣੀ ਹੁੰਦੀ ਹੈ, ਕਰਤੇ ਨੂੰ ਪਤਾ ਹੈ। ਕਿਉਂਕਿ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਸੋ ਸਤਿਗੁਰੂ ਪਾਤਸ਼ਾਹ ਬਲ ਬਖਸ਼ਿਸ਼ ਕਰਨ ਸਾਨੂੰ ਅਤੇ ਸਾਡੇ ਨਾਲ ਦੇ ਸੰਗੀ ਸਾਥੀਆਂ ਨੂੰ। ਬਾਬਾ ਜੀ ਬੈਠੇ ਨੇ, ਬਾਬਾ ਜੈਪਾਲ ਜੀ ਅਤੇ ਪਵਾਲੇ ਤੋਂ, ਹੋਰ ਤਕਰੀਬਨ ਨਾਲ ਸਾਡੇ ਬਾਬਾ ਸ਼ੇਰ ਸਿੰਘ ਜੀ ਜਿਹੜੇ ਇਸ ਟਾਈਮ ਕੀਰਤਨ ਕਰ ਰਹੇ ਨੇ, ਮਾਸਟਰ ਨਸੀਬ ਸਿੰਘ ਜੀ। ਸੋ ਹੋਰ ਇਲਾਕੇ ਦੇ ਬਹੁਤ ਪਤਵੰਤ ਜਿਹੜੇ ਸਹਿਯੋਗ ਦੇ ਰਹੇ ਨੇ, ਬਹੁਤ ਸ਼ਖਸੀਅਤਾਂ ਸਾਡਾ ਸਹਿਯੋਗ ਦੇ ਰਹੀਆਂ ਨੇ। ਸੋ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਬਾਕੀ ਸਾਡੇ ਜੀਵਨ ਸਾਥੀ ਉਹਨਾਂ ਦਾ ਵੀ ਬੜਾ ਸਾਥ ਹੈ, ਕਿਉਂਕਿ ਜਿਹੜੇ ਇਹ ਕਾਰਜ ਹੁੰਦੇ ਨੇ ਇਹਦੇ ਵਿੱਚ ਜਿਹੜਾ ਹੈਗਾ ਉਹ ਜ਼ਿੰਮੇਵਾਰੀ ਦਾ ਕਾਰਜ ਹੁੰਦਾ ਹੈ। ਕਿਉਂਕਿ ਬੀਬੀਆਂ ਦਾ ਜੋ ਸਮਾਨ ਲੈਣ ਦੇਣ ਇਕੱਠਾ ਕਰਨਾ ਹੈ ਉਹ ਬੀਬੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਕਰਕੇ ਸਾਡੇ ਪਰਿਵਾਰ ਵੱਲੋਂ ਵੀ ਅਤੇ ਸਾਡੀ ਜੋ ਧਰਮ ਪਤਨੀ ਹੈ ਉਹਦਾ ਵੀ ਸਾਥ ਬਹੁਤ ਜ਼ਿਆਦਾ ਇਹਦੇ ਇਹਨਾਂ ਕਾਰਜਾਂ ਦੇ ਵਿੱਚ ਮਿਲ ਰਿਹਾ ਹੈ। ਸੋ ਇਸ ਕਰਕੇ ਜੇ ਸਾਥ ਮਿਲਦਾ ਹੈ ਪਰਿਵਾਰ ਦਾ, ਸੰਗਤਾਂ ਦਾ, ਤਾਂ ਹੀ ਇਹ ਕਾਰਜ ਹੋ ਸਕਦੇ ਨੇ ਅਤੇ ਹੋਰ ਉਤਸ਼ਾਹ ਮਿਲਦਾ ਹੈ। ਸੋ ਬਾਬਾ ਜੀ ਇਹ ਕਾਰਜ ਜਿਹੜੇ ਨੇ ਇਹ ਮਹਾਰਾਜ ਆਪ ਕਰਾਉਂਦੇ ਨੇ। ਬਸ ਸਾਡੀ ਤੁਹਾਡੇ ਅੱਗੇ ਵੀ, ਤੁਹਾਡੇ ਚੈਨਲ ਦੇ ਥਰੂ ਵੀ, ਇਹਦੇ ਜ਼ਰੀਏ ਵੀ ਸੰਗਤ ਨੂੰ ਬੇਨਤੀ ਹੈ ਵੀ ਅਸੀਸਾਂ ਬਖਸ਼ ਕੇ ਐਸੇ ਕਾਰਜ ਆਪ ਜੀ ਨੇ ਕਰਾਉਂਦੇ ਰਹਿਣ। ਮਹਾਰਾਜ ਕਿਰਪਾ ਕਰੇ, ਪੰਥ ਦੀ ਚੜ੍ਹਦੀ ਕਲਾ ਹੋਵੇ ਅਤੇ ਸਤਿਗੁਰੂ ਪਾਤਸ਼ਾਹ ਸਭਨਾਂ ਦਾ ਭਲਾ ਕਰਨ। ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਵੈਰ ਵਿਰੋਧ ਨਹੀਂ, ਇੱਥੇ ਤਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਕੋਈ ਜਾਤ, ਕੋਈ ਧਰਮ, ਕੋਈ ਇਸ ਤਰ੍ਹਾਂ ਦਾ ਨਿਸ਼ਚਾ ਨਹੀਂ। ਵੀ ਹੁਣ ਸਾਨੂੰ ਪੁੱਛ ਰਿਹਾ ਸੀ ਕੋਈ ਵੀ ਤੁਸੀਂ ਸਿਰਫ ਇੱਕੇ ਧਰਮ ਦੇ ਕਾਰਜ ਕਰਦੇ ਹੋ, ਮੈਂ ਕਿਹਾ ਨਹੀਂ ਵੀ ਅਜਿਹਾ ਜਿਹੜਾ ਲੋੜਵੰਦ ਹੁੰਦਾ, ਪੰਗਤ ਚੱਲ ਰਹੀ ਹੈ, ਲੰਗਰ ਛਕ ਰਹੇ ਨੇ, ਹੁਣ ਪਤਾ ਨਹੀਂ ਕੌਣ ਕੌਣ ਹੈ, ਇੱਕ ਪਾਸੇ ਗੁਰੂ ਕਾ ਲੰਗਰ ਹੈ ਉਹ ਵੀ ਸਾਰੇ ਸਰਬੱਤ ਲਈ ਵਰਤਿਆ ਜਾ ਰਿਹਾ, ਸ਼ਬਦ ਦਾ ਲੰਗਰ ਹੈ ਉਹ ਵੀ ਸਰਬੱਤ ਦੇ ਕੰਨਾਂ 'ਚ ਪੈ ਰਿਹਾ, ਅਤੇ ਜਿਹੜੇ ਇਹ ਕਾਰਜ ਨੇ ਵੀ ਸਰਬੱਤ। ਸੋ ਇਸੇ ਸਮਾਗਮ ਦੇ ਵਿੱਚ ਗੁਰਦੁਆਰਾ ਗੜ੍ਹੀ ਪੁਰਖ ਸਾਹਿਬ ਮਾਜਰੀ ਬਲਾਕ ਤੋਂ ਭਾਈ ਹਰਜੀਤ ਸਿੰਘ ਜੀ ਹਰਮਨ ਆਪਣੇ ਸਮੁੱਚੇ ਸਾਥੀਆਂ ਦੇ ਸਮੇਤ ਇੱਥੇ ਪਹੁੰਚੇ ਨੇ। ਬਾਬਾ ਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਸਮਾਗਮ ਵਿੱਚ ਆਏ ਆ, ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਸਮਾਗਮ ਇਹ ਚੱਲ ਰਹੇ ਨੇ ਜੀ ਇੱਥੇ ਬਾਬਾ ਸਿਕੰਦਰ ਸਿੰਘ ਜੀ ਵੱਲੋਂ, ਅਤੇ ਲੋੜਵੰਦ ਲੜਕੀਆਂ ਦੇ ਵਿਆਹ ਵੀ ਕੀਤੇ ਜਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬਾਬਾ ਸਿਕੰਦਰ ਸਿੰਘ ਮਾਣਕਪੁਰ ਸ਼ਰੀਫ, ਜਿਨ੍ਹਾਂ ਦਾ ਅਰਦਾਸ ਨਾਲ ਬਹੁਤ ਪਿਆਰ ਆ, ਅਸੀਂ ਇਕੱਠੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਇਕੱਠੇ ਸੇਵਾ ਕਰਦੇ ਰਹੇ ਹਾਂ, ਅਤੇ ਹੁਣ ਇਹਨਾਂ ਨੇ ਸਥਾਨ ਦੀ ਸੇਵਾ ਸਾਂਭੀ ਆ, ਅਤੇ ਇਹਨਾਂ ਦੇ ਇਹ ਬਾਬਾ ਫਤਿਹ ਸਿੰਘ ਜ਼ੋਰਾਵਰ ਸਿੰਘ ਦੀ ਯਾਦ ਵਿੱਚ ਇਹ ਸਮਾਗਮ ਕਰਾਉਂਦੇ ਹਾਂ। ਹਰ ਸਾਲ ਇਹ ਸੰਗਤਾਂ ਦੀ ਸੇਵਾ ਅਤੇ ਇਸ ਦੇ ਨਾਲ ਨਾਲ ਲੋੜਵੰਦ ਪਰਿਵਾਰ ਜਿਨ੍ਹਾਂ ਦੀਆਂ ਇਹ ਲੜਕੀਆਂ ਦੀਆਂ ਸ਼ਾਦੀਆਂ ਕਰਦੇ ਹਨ,
बहुत चंगा उपराला इन्हों का। सो सूम इलाके बेनती है कि इन भाई सिकंदर सिंह जी का रल मिल के साथ देवो ता जो अगे नोजे उपराले करते रहन। तो साढ़े वालों समूह गुरद्वारा गढ़ी भौरका साहब की टीम वालों इन्हों का धन्यवाद किया जाता। वाहिगुरू जी का खालसा वाहिगुरू जी की फतेह। सो बहुत बड़ी कुरबानी निक्कियां जिंदा बड़े साके छोटी छोटी उम्र के जो किया सानू अज समझाना पै रहा दसना पै रहा साड़ी कौम नू आप ही, क्योंकि असी उन्हां दा कोई सान नहीं उतार सकते, असी अपना भला कर सकते उन्हां दी कुरबानी तो सीध लैके कित्थे असी जाके होरनां नू दसना सी। सो इहो जिहे महापुरख ते होर कई प्रचारक जो अज जगा रहे ने वास्ता दे रहे ने कि साढ़े लिए उन्होंने की कुछ किया सानू सुख आराम बख्शे ने असी उन्होंने शुक्र गुजारे हो जाइए। सो इस दे नाल ही क्योंकि उपदेश जो गुरु दे घर दा है सारे लिए सारे वर्णा नू सांझा है चारे वर्णा नू। सो उसे नू मुख रख के अज लोड़वंदा दी भावें ब्याह ने जां होर भी किसी किस्म की सहायता है वह भी की जाती है। ये गुरु का दारी ऐसा कि सारिया के लिए जो हथ रख के उन्होंने नवाजदा। सो यहो जिहे जिन्ने भी कोई गुरु के चरणों की धूड़ बन के सेवा निभाते ने धनभागी होंगे ने, तो सानू भी जरूर उन्होंने आसरे सत्संगत में आके गुरु नाल जुड़ के अपने जीवन में सहेला करना चाहिए, क्योंकि धर्म की जो माँ है दया है हर एक दे नाल प्रेम भाव के नाल जो असी चलांगे फिर साढ़े लोग सुखी परलोक सहेले होणगे। तुहाडे सारयां दे नाल रविंदर सिंह वजीदवर, मेरे सहयोगी साथी कमलजीत सिंह बरसालपुर, सीनियर पत्रकार गुरविंदर सिंह सोना, खालसा टीवी चैनल न्यू चंडीगढ़।